ਸਵੇਰ ਦਾ ਸਮਾਂ ਦਿਨ ਦਾ ਸਭ ਤੋਂ ਬੈਸਟ ਟਾਈਮ ਹੁੰਦਾ ਹੈ। ਜਿਸ ਨੇ ਆਪਣੀ ਸਵੇਰ ਨੂੰ ਜਿੱਤ ਲਿਆ ਉਸਦਾ ਪੂਰਾ ਦਿਨ ਸ਼ਾਨਦਾਰ ਬਤੀਤ ਹੁੰਦਾ ਹੈ। ਬਟ ਸਾਡੇ 'ਚੋਂ ਤਾਂ ਕਈ ਲੋਕ ਟੋਰ ਨਾਲ ਕਹਿੰਦੇ ਹੈ ਕਿ ਮੈਂ ਤਾਂ ਸਵੇਰੇ 10 ਵਜੇ ਤੱਕ ਨਹੀਂ ਉੱਠਦਾ, ਜਾਂ ਫਿਰ ਸਵੇਰੇ ਛੇਤੀ ਉੱਠਣ ਵਾਲੇ ਕੀ ਤੀਰ ਮਾਰ ਲੈਂਦੇ ਹੈ ਜੋ ਸਾਡੇ ਤੋਂ ਮਾਰਨਾ ਰਹਿ ਗਿਆ। ਸਵੇਰੇ ਛੇਤੀ ਉੱਠਣਾ ਇੱਕ ਕਿਸੇ ਪੀੜ੍ਹੀ 'ਤੇ ਪੁਰਾਣੀ ਐਡਵਾਈਸ ਲੱਗਦਾ ਹੈ, ਕਿਉਂਕਿ ਅਸੀਂ ਬਚਪਨ ਤੋਂ ਹੀ ਇਹ ਐਡਵਾਈਸ ਸੁਣਦੇ ਆਏ ਹਾਂ। ਬਟ ਸਵੇਰੇ ਉੱਠ ਕੇ ਕਰਨਾ ਕੀ ਹੈ ਇਹ ਕੋਈ ਨਹੀਂ ਦੱਸਦਾ। ਜ਼ਿਆਦਾਤਰ ਲੋਕਾਂ ਦੀ ਤਰ੍ਹਾਂ ਮੈਂ ਵੀ ਮੋਰਨਿੰਗ ਦੀ ਪਾਵਰ ਨੂੰ ਅੰਡਰ ਐਸਟੀਮੇਟ ਕਰਦਾ ਸੀ, ਬਟ ਇਸ ਬੁੱਕ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ। ਦ ਮਿਰਕਲ ਮੋਰਨਿੰਗ ਬਾਏ ਹੈਲ ਐਲਰੋਡ। ਹੈਲ ਇੱਕ ਦਿਨ ਜਦੋਂ ਕੰਮ ਤੋਂ ਆਪਣੇ ਘਰ ਆ ਰਹੀ ਸੀ ਤਾਂ ਇੱਕ ਸ਼ਰਾਬੀ ਡਰਾਈਵਰ ਨੇ 70 ਕਿਲੋਮੀਟਰ ਪਰ ਆਰ ਦੀ ਸਪੀਡ 'ਤੇ ਆਪਣੀ ਕਾਰ ਹੈਲ ਵਿੱਚ ਠੋਕ ਦਿੱਤੀ। ਹੈਲ ਦੀਆਂ 11 ਹੱਡੀਆਂ ਟੁੱਟ ਗਈਆਂ ਅਤੇ ਲੰਗ ਪੰਕਚਰ ਹੋ ਗਿਆ ਅਤੇ ਹੋਰ ਵੀ ਬਹੁਤ ਸਾਰੀਆਂ ਸੀਰੀਅਸ ਇੰਜਰੀਜ਼ ਹੋਈਆਂ, ਇੱਥੋਂ ਤੱਕ ਕਿ ਹੈਲ ਦੀ ਧੜਕਣ ਵੀ 6 ਮਿੰਟ ਲਈ ਰੁਕ ਗਈ ਸੀ। ਬਟ ਫਿਰ ਪੈਰਾਮੈਡਿਕ ਟੀਮ ਨੇ ਆ ਕੇ ਉਹਨਾਂ ਨੂੰ ਰਿਵਾਈਵ ਕੀਤਾ ਅਤੇ ਹੋਸਪਿਟਲ ਪਹੁੰਚਾਇਆ, ਜਿੱਥੇ ਹੈਲ 6 ਦਿਨ ਤੱਕ ਕੋਮਾ ਵਿੱਚ ਰਹੇ ਅਤੇ ਉਹਨਾਂ ਦੀਆਂ 7 ਸਰਜਰੀਜ਼ ਹੋਈਆਂ। ਅਤੇ ਜਦੋਂ ਹੈਲ ਨੂੰ ਹੋਸ਼ ਆਇਆ ਤਾਂ ਡਾਕਟਰਸ ਨੇ ਦੱਸਿਆ ਕਿ ਉਹਨਾਂ ਦੇ ਬ੍ਰੇਨ ਨੂੰ ਕਾਫੀ ਡੈਮੇਜ ਪਹੁੰਚਿਆ ਹੈ ਅਤੇ ਹੁਣ ਉਹਨਾਂ ਨੂੰ ਪੂਰੀ ਜ਼ਿੰਦਗੀ ਵੀਲ ਚੇਅਰ 'ਤੇ ਹੀ ਰਹਿਣਾ ਪਊਗਾ। ਓਬਵੀਅਸਲੀ ਇਸ ਗੱਲ ਨਾਲ ਹੈਲ ਨੂੰ ਬਹੁਤ ਵੱਡਾ ਸ਼ੌਕ ਲੱਗਿਆ ਹੋਊਗਾ, ਬਟ ਕੁਝ ਟਾਈਮ ਬਾਅਦ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ। ਹੈਲ ਨੇ ਸੋਚਿਆ ਕਿ ਮੈਂ ਇਸ ਦੁੱਖ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦੇਊਂਗਾ, ਮੈਂ ਖੁਸ਼ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰੂੰਗਾ। ਹੋ ਸਕਦਾ ਹੈ ਕਿ ਡਾਕਟਰਸ ਦੀ ਗੱਲ ਸਹੀ ਹੋਵੇ, ਪਰ ਮੈਂ ਇਸ ਗੱਲ ਨਾਲ ਵੀ ਨਿਰਾਸ਼ ਨਹੀਂ ਹੋਊਂਗਾ ਅਤੇ ਵੀਲ ਚੇਅਰ 'ਤੇ ਤੁਰਨ ਵਾਲਾ ਦੁਨੀਆ ਦਾ ਸਭ ਤੋਂ ਕਾਮਯਾਬ ਅਤੇ ਖੁਸ਼ ਇਨਸਾਨ ਬਣ ਕੇ ਦਿਖਾਊਂਗਾ। ਇਸ ਲਈ ਫਿਰ ਹੈਲ ਨੇ ਕਾਮਯਾਬ ਲੋਕਾਂ ਦੀ ਲਾਈਫ ਨੂੰ ਸਟੱਡੀ ਕਰਨਾ ਸ਼ੁਰੂ ਕੀਤਾ। ਹੈਲ ਨੇ ਨੋਟਿਸ ਕੀਤਾ ਕਿ ਜੇ ਸਵੇਰ ਦਾ ਸਮਾਂ ਸ਼ਾਂਤ, ਖੁਸ਼ ਅਤੇ ਪ੍ਰੋਡਕਟਿਵ ਰਹੇ ਤਾਂ ਬੰਦੇ ਦਾ ਪੂਰਾ ਦਿਨ ਸ਼ਾਨਦਾਰ ਅਤੇ ਐਨਰਜੀ ਨਾਲ ਭਰਪੂਰ ਰਹਿੰਦਾ ਹੈ। ਆਲਮੋਸਟ ਸਾਰੇ ਹੀ ਕਾਮਯਾਬ ਲੋਕ ਸਵੇਰੇ ਛੇਤੀ ਉੱਠਦੇ ਹਨ ਅਤੇ ਕੁਝ ਇੱਕ ਸਪੈਸੀਫਿਕ ਹੈਬਿਟਸ ਨੂੰ ਫੋਲੋ ਕਰਦੇ ਹਨ। ਇਸੇ ਲਈ ਫਿਰ ਹੈਲ ਨੇ ਵੀ ਰਿਸਰਚ ਕਰਕੇ ਕੁੱਲ 6 ਹੈਬਿਟਸ ਸਿਲੈਕਟ ਕੀਤੀਆਂ ਅਤੇ ਮੋਰਨਿੰਗ ਰਿਚੁਅਲ ਬਣਾ ਕੇ ਇਹਨਾਂ ਨੂੰ ਫੋਲੋ ਕਰਨਾ ਸ਼ੁਰੂ ਕੀਤਾ। ਇਹ ਹੈਬਿਟਸ ਇੰਨੀਆਂ ਪਾਵਰਫੁਲ ਸੀ ਕਿ ਇਹਨਾਂ ਨੇ ਹੈਲ ਦੀ ਪੂਰੀ ਲਾਈਫ ਚੇਂਜ ਕਰਕੇ ਰੱਖ ਦਿੱਤੀ, ਫਿਜ਼ੀਕਲੀ, ਮੈਂਟਲੀ ਅਤੇ ਫਾਈਨੈਂਸ਼ੀਅਲੀ ਹਰ ਪ੍ਰੋਸਪੈਕਟ ਤੋਂ। ਇਹਨਾਂ ਹੈਬਿਟਸ ਨੂੰ ਫੋਲੋ ਕਰਨ ਦੇ ਕੁਝ ਮੰਥ ਬਾਅਦ ਹੀ ਹੈਲ ਨੇ ਵੀਲ ਚੇਅਰ ਤੋਂ ਉੱਠ ਕੇ ਤੁਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪਣਾ ਸਾਰਾ ਕਰਜ਼ਾ ਪੇ ਕਰਕੇ ਆਪਣਾ ਗਿਰਵੀ ਰੱਖਿਆ ਘਰ ਛੁਡਾ ਲਿਆ, ਆਪਣੀ ਇਨਕਮ ਨੂੰ ਡਬਲ ਕਰ ਲਿਆ ਅਤੇ ਫਿਜ਼ੀਕਲੀ ਅਤੇ ਮੈਂਟਲੀ ਇੱਕ ਹੈਲਦੀ ਲਾਈਫ ਜੀਣਾ ਸ਼ੁਰੂ ਕਰ ਦਿੱਤਾ। ਅਤੇ ਅੱਜ ਹੈਲ ਐਲਰੋਡ ਇੱਕ ਸੈਲਫ ਮੇਡ ਮਿਲੀਨੀਅਰ, ਇੱਕ ਸਕਸੈਸਫੁਲ ਔਥਰ, ਇੱਕ ਮੋਟੀਵੇਸ਼ਨਲ ਸਪੀਕਰ ਅਤੇ ਇੱਕ ਅਲਟਰਾ ਮੈਰਾਥਨ ਰਨਰ ਵੀ ਰਹਿ ਚੁੱਕੇ ਹਨ। ਹਾਂਜੀ, ਇਹ ਉਹੀ ਬੰਦਾ ਹੈ ਜਿਸ ਨੂੰ ਡਾਕਟਰਸ ਨੇ ਕਿਹਾ ਸੀ ਕਿ ਇਹ ਪੂਰੀ ਜ਼ਿੰਦਗੀ ਚੱਲ ਹੀ ਨਹੀਂ ਪਾਊਗਾ ਅਤੇ ਉਸਨੇ 56 ਘੰਟੇ ਦੀ ਅਲਟਰਾ ਮੈਰਾਥਨ ਭੱਜ ਕੇ ਪੂਰੀ ਕੀਤੀ। ਇਹ ਸਭ ਇੰਨੀ ਤੇਜ਼ੀ ਨਾਲ ਹੋਇਆ ਕਿ ਹੈਲ ਨੂੰ ਇਹ ਕਿਸੇ ਮਿਰੇਕਲ ਤੋਂ ਘੱਟ ਨਹੀਂ ਲੱਗਿਆ। ਇਸੇ ਲਈ ਫਿਰ ਉਹਨਾਂ ਇਸ ਬੁੱਕ ਦਾ ਨਾਮ ਦਾ ਮਿਰੇਕਲ ਮੋਰਨਿੰਗ ਰੱਖਿਆ ਹੈ। ਅਤੇ ਅੱਜ ਮੈਂ ਤੁਹਾਡੇ ਨਾਲ ਕਾਮਯਾਬ ਲੋਕਾਂ ਦੀਆਂ ਇਹੀ 6 ਪਾਵਰਫੁਲ ਹੈਬਿਟਸ ਸ਼ੇਅਰ ਕਰਨ ਜਾ ਰਿਹਾ ਹਾਂ, ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਵੀ ਹੈਲ ਦੀ ਤਰ੍ਹਾਂ ਆਪਣੀ ਪੂਰੀ ਲਾਈਫ ਚੇਂਜ ਕਰ ਸਕਦੇ ਹੋ। ਬਟ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਬੁੱਕ ਸਮਰੀਜ਼ ਅਤੇ ਲਾਈਫ ਚੇਂਜਿੰਗ ਮੋਟੀਵੇਸ਼ਨਲ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ, ਕਿਉਂਕਿ ਇਸ ਚੈਨਲ 'ਤੇ ਅਪਲੋਡ ਹੋਣ ਵਾਲਾ ਕੋਈ ਵੀ ਇੱਕ ਵੀਡੀਓ ਤੁਹਾਡੀ ਪੂਰੀ ਲਾਈਫ ਚੇਂਜ ਕਰ ਸਕਦਾ ਹੈ। ਇਹਨਾਂ 6 ਹੈਬਿਟਸ ਨੂੰ ਯਾਦ ਰੱਖਣ ਲਈ ਔਥਰ ਨੇ ਇੱਕ ਐਕਰੋਨਿਮ ਬਣਾਇਆ ਹੈ ਜਿਸ ਨੂੰ ਕਿਹਾ ਹੈ, ਜਿਹਦੇ ਚੋਂ ਪਹਿਲਾ ਐਸ ਆਉਂਦਾ ਹੈ ਸਾਇਲੈਂਸ ਦੇ ਲਈ। ਸਾਇਲੈਂਸ ਦਾ ਮਤਲਬ ਹੈ ਮੈਡੀਟੇਸ਼ਨ ਜਾਂ ਪ੍ਰੇਅਰ ਕਰਨਾ। ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਦੁਨੀਆ ਭਰ ਦੀਆਂ ਟੈਨਸ਼ਨਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ, ਕੁਝ ਨਿਊਜ਼ਪੇਪਰ ਪੜ੍ਹ ਕੇ, ਕੁਝ ਸੋਸ਼ਲ ਮੀਡੀਆ ਸਕਰੋਲ ਕਰਕੇ ਅਤੇ ਕੁਝ ਹੋਰ ਕਿਸੇ ਤਰੀਕੇ ਨਾਲ। ਪਰ ਕਾਮਯਾਬ ਲੋਕ ਇੱਦਾਂ ਨਹੀਂ ਕਰਦੇ, ਉਹ ਸਵੇਰੇ ਉੱਠਣ ਤੋਂ ਬਾਅਦ ਸਾਇਲੈਂਟ ਮੋਡ 'ਤੇ ਜਾਂਦੇ ਹਨ, ਮਤਲਬ ਕਿ ਮੈਡੀਟੇਸ਼ਨ, ਯੋਗਾ ਜਾਂ ਪ੍ਰੇਅਰ ਵਰਗੀਆਂ ਚੀਜ਼ਾਂ ਕਰਦੇ ਹਨ ਜੋ ਕਿ ਉਹਨਾਂ ਦੇ ਬ੍ਰੇਨ ਨੂੰ ਕਾਮ ਅਤੇ ਰਿਲੈਕਸ ਰੱਖਦਾ ਹੈ ਅਤੇ ਪੀਕ ਪਰਫੋਰਮੈਂਸ 'ਤੇ ਕੰਮ ਕਰਨ ਲਈ ਤਿਆਰ ਕਰਦਾ ਹੈ। ਪਹਿਲਾਂ ਹੈਲ ਨੂੰ ਲੱਗਿਆ ਕਿ ਮੈਡੀਟੇਸ਼ਨ ਬਸ ਇੱਕ ਧਾਰਮਿਕ ਚੀਜ਼ ਹੈ ਜਿਸ ਦਾ ਸਕਸੈਸ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਫਿਰ ਸਕਸੈਸਫੁਲ ਲੋਕਾਂ ਬਾਰੇ ਪੜ੍ਹਨ 'ਤੇ ਉਹਨਾਂ ਨੂੰ ਪਤਾ ਲੱਗਿਆ ਕਿ ਮੈਡੀਟੇਸ਼ਨ ਇੱਕ ਇੱਦਾਂ ਦੀ ਚੀਜ਼ ਹੈ ਜਿਸ ਨੇ ਸਕਸੈਸਫੁਲ ਲੋਕਾਂ ਨੂੰ ਅੱਗੇ ਵਧਣ ਲਈ ਸਭ ਤੋਂ ਜ਼ਿਆਦਾ ਹੈਲਪ ਕੀਤੀ ਹੈ। ਅਤੇ ਜੇ ਤੁਹਾਨੂੰ ਮੈਡੀਟੇਸ਼ਨ ਦਾ ਹਾਲੇ ਤੱਕ ਕੋਈ ਐਕਸਪੀਰੀਅੰਸ ਨਹੀਂ ਹੈ ਤਾਂ ਮੈਂ ਤੁਹਾਨੂੰ ਹੈਡ ਸਪੇਸ ਨਾਮ ਦੀ ਐਪ ਰਿਕਮੈਂਡ ਕਰੂੰਗਾ। ਦੂਸਰਾ ਹੈ ਏ ਤੋਂ ਐਫਰਮੇਸ਼ਨ। ਐਫਰਮੇਸ਼ਨ ਇੱਕ ਪਾਵਰਫੁਲ ਟੈਕਨੀਕ ਹੈ ਜਿਸ ਨੂੰ ਕਈ ਸਕਸੈਸਫੁਲ ਲੋਕ ਫੋਲੋ ਕਰਦੇ ਹਨ। ਐਫਰਮੇਸ਼ਨ ਹੋਰ ਕੁਝ ਨਹੀਂ, ਬਸ ਇੱਕ ਪੋਜ਼ਿਟਿਵ ਸਟੇਟਮੈਂਟ ਹੁੰਦਾ ਹੈ ਜੋ ਅਸੀਂ ਵਾਰ ਵਾਰ ਆਪਣੇ ਆਪ ਨੂੰ ਬੋਲਦੇ ਹਾਂ, ਜਿਸ ਨਾਲ ਉਹ ਗੱਲਾਂ ਫਿਰ ਸਾਡੇ ਸਬਕੌਨਸ਼ੀਅਸ ਮਾਈਂਡ ਵਿੱਚ ਬੈਠ ਜਾਂਦੀਆਂ ਹਨ ਅਤੇ ਫਿਰ ਸਾਡਾ ਬ੍ਰੇਨ ਉਹਨਾਂ ਨੂੰ ਸੱਚ ਮੰਨਣ ਲੱਗ ਪੈਂਦਾ ਹੈ ਅਤੇ ਫਿਰ ਅਸੀਂ ਵੀ ਉਸੇ ਤਰ੍ਹਾਂ ਹੀ ਬਣਨਾ ਸ਼ੁਰੂ ਕਰ ਦਿੰਦੇ ਹਾਂ। ਫੋਰ ਐਗਜ਼ਾਮਪਲ, ਤੁਸੀਂ ਆਪਣੇ ਆਪ ਨੂੰ ਕਹਿੰਦੇ ਰਹੋ ਕਿ ਮੈਂ ਕੌਨਫੀਡੈਂਟ ਹਾਂ, ਮੈਂ ਬਹੁਤ ਕੌਨਫੀਡੈਂਟ ਹਾਂ, ਤਾਂ ਫਿਰ ਇਹ ਗੱਲ ਤੁਹਾਡੇ ਸਬਕੌਨਸ਼ੀਅਸ ਮਾਈਂਡ ਵਿੱਚ ਬੈਠ ਜਾਊਗੀ ਅਤੇ ਤੁਹਾਡੇ ਐਕਸ਼ਨਸ ਵੀ ਉਸੇ ਤਰ੍ਹਾਂ ਹੀ ਦਿਖਣ ਲੱਗ ਪੈਣਗੇ। ਤੀਜਾ ਹੈ ਵੀ ਤੋਂ ਵਿਜ਼ੂਲਾਈਜੇਸ਼ਨ। ਇਹ ਵੀ ਇੱਕ ਪਾਵਰਫੁਲ ਟੈਕਨੀਕ ਹੈ ਜੋ ਐਫਰਮੇਸ਼ਨ ਨਾਲ ਥੋੜ੍ਹੀ ਬਹੁਤ ਮਿਲਦੀ ਜੁਲਦੀ ਹੈ। ਐਫਰਮੇਸ਼ਨ ਵਿੱਚ ਅਸੀਂ ਵਾਰੀ ਵਾਰੀ ਬੋਲ ਕੇ ਆਪਣੇ ਸਬਕੌਨਸ਼ੀਅਸ ਮਾਈਂਡ ਵਿੱਚ ਗੱਲ ਨੂੰ ਬਿਠਾਉਂਦੇ ਹਾਂ, ਜਦਕਿ ਵਿਜ਼ੂਲਾਈਜੇਸ਼ਨ ਵਿੱਚ ਤੁਹਾਨੂੰ ਆਪਣੀ ਇਮੈਜੀਨੇਸ਼ਨ ਦਾ ਯੂਜ਼ ਕਰਕੇ
ਉਹਨਾਂ ਚੀਜ਼ਾਂ ਬਾਰੇ ਸੋਚਣਾ ਹੁੰਦਾ ਹੈ, ਉਸ ਚੀਜ਼ ਦੀ ਇਮੇਜ ਆਪਣੇ ਦਿਮਾਗ ਵਿੱਚ ਬਣਾਉਣੀ ਹੁੰਦੀ ਹੈ ਜੋ ਤੁਸੀਂ ਰੀਅਲ ਲਾਈਫ ਵਿੱਚ ਚਾਹੁੰਦੇ ਹੋ। ਫੋਰ ਐਗਜ਼ਾਮਪਲ, ਜਦੋਂ ਹੈਲ ਨੇ ਮੈਰਾਥਨ ਦੀ ਪ੍ਰੈਕਟਿਸ ਕਰਨਾ ਸ਼ੁਰੂ ਕੀਤਾ ਸੀ ਤਾਂ ਸਟਾਰਟਿੰਗ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਸੀ, ਪਰ ਫਿਰ ਉਹਨਾਂ ਨੇ ਇਸ ਟੈਕਨੀਕ ਦਾ ਯੂਜ਼ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਪ੍ਰੈਕਟਿਸ ਕਰਨ ਜਾਣ ਤੋਂ ਇੱਕ ਘੰਟਾ ਪਹਿਲਾਂ ਵਿਜ਼ੁਅਲਾਈਜ਼ ਕਰਨਾ ਸ਼ੁਰੂ ਕੀਤਾ ਕਿ ਮੈਂ ਆਪਣੇ ਰਨਿੰਗ ਸ਼ੂਜ਼ ਪਾ ਰਿਹਾ ਹਾਂ, ਹੁਣ ਮੈਂ ਟਰੈਕ 'ਤੇ ਭੱਜ ਰਿਹਾ ਹਾਂ। ਇਸ ਤਰ੍ਹਾਂ ਉਹਨਾਂ ਦੇ ਸਬਕੌਨਸ਼ੀਅਸ ਮਾਈਂਡ ਨੇ ਉਹਨਾਂ ਦੀ ਹੈਲਪ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਪ੍ਰੈਕਟਿਸ ਕਰਨਾ ਅਤੇ ਫਿਰ ਇਹ ਰੇਸ ਕੰਪਲੀਟ ਕਰਨਾ ਉਹਨਾਂ ਲਈ ਬਹੁਤ ਜ਼ਿਆਦਾ ਈਜ਼ੀ ਹੋ ਗਿਆ। ਸਾਡਾ ਬ੍ਰੇਨ ਬਹੁਤ ਬਹੁਤ ਜ਼ਿਆਦਾ ਪਾਵਰਫੁੱਲ ਹੈ। ਅਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਵਿੱਚ ਜੋ ਵੀ ਸੋਚਦੇ ਹਾਂ ਸਾਡੀ ਬੋਡੀ ਉਸੇ ਤਰ੍ਹਾਂ ਰਿਐਕਟ ਕਰਨਾ ਸ਼ੁਰੂ ਕਰ ਦਿੰਦੀ ਹੈ। ਆਪਣੇ ਸਬਕੌਨਸ਼ੀਅਸ ਮਾਈਂਡ ਦੀ ਪਾਵਰ ਨੂੰ ਯੂਜ਼ ਕਰਕੇ ਹੀ ਹੈਲ ਨੇ 2 ਮਹੀਨੇ ਵਿੱਚ ਹੀ ਤੁਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਉਹਨਾਂ ਨੇ ਆਪਣੇ ਬ੍ਰੇਨ ਨੂੰ ਕੰਟਰੋਲ ਕਰਨਾ ਸਿੱਖ ਲਿਆ ਸੀ। ਚੌਥਾ ਹੈ ਈ ਤੋਂ ਐਕਸਰਸਾਈਜ਼। ਸਵੇਰੇ ਐਕਸਰਸਾਈਜ਼ ਕਰਨ ਨਾਲ ਫਿਜ਼ੀਕਲੀ ਅਤੇ ਮੈਂਟਲੀ ਬਹੁਤ ਸਾਰੇ ਬੈਨੀਫਿਟਸ ਹੁੰਦੇ ਹਨ, ਜਿਵੇਂ ਕਿ ਸਵੇਰੇ ਕਸਰਤ ਕਰਨ ਨਾਲ ਬ੍ਰੇਨ ਵਿੱਚ ਆਕਸੀਜਨ ਜ਼ਿਆਦਾ ਪਹੁੰਚਦਾ ਹੈ, ਸਾਡਾ ਬ੍ਰੇਨ ਐਂਡਰੋਫਿਨ ਰਿਲੀਜ਼ ਕਰਦਾ ਹੈ, ਤੁਹਾਡੀ ਥਿੰਕਿੰਗ ਕਲੀਅਰ ਹੁੰਦੀ ਹੈ ਅਤੇ ਸਾਰਾ ਦਿਨ ਐਨਰਜੀ ਦਾ ਲੈਵਲ ਹਾਈ ਰਹਿੰਦਾ ਹੈ। ਅਤੇ ਇਹ ਸਾਰੇ ਫਾਇਦੇ ਲੈਣ ਲਈ ਉੱਥੇ ਤੁਹਾਨੂੰ ਜਿਮ ਜਾ ਕੇ ਐਕਸਰਸਾਈਜ਼ ਕਰਨ ਲਈ ਨਹੀਂ ਕਹਿ ਰਹੇ ਹਨ, ਇਹ ਸਾਰੇ ਫਾਇਦੇ ਤੁਸੀਂ ਬਸ ਕੁਝ ਮਿੰਟ ਦੀ ਐਕਸਰਸਾਈਜ਼ ਕਰਕੇ ਹੀ ਲੈ ਸਕਦੇ ਹੋ। ਇੱਥੋਂ ਤੱਕ ਕਿ ਸਵੇਰੇ 1 ਮਿੰਟ ਦੀ ਜੰਪਿੰਗ ਜੈਕ ਕਰਨ ਨਾਲ ਤੁਹਾਡੀ ਐਨਰਜੀ ਅਤੇ ਥੋਟ ਕਲੈਰਿਟੀ 10 ਗੁਣਾ। ਬੋਡੀ ਅਤੇ ਬ੍ਰੇਨ ਦੋਨਾਂ ਪਿਲਰਸ ਨੂੰ ਮਜ਼ਬੂਤ ਕਰਨ ਲਈ ਐਕਸਰਸਾਈਜ਼ ਕਰਨਾ ਜ਼ਰੂਰੀ ਹੈ। 5th letter R ਆਉਂਦਾ ਹੈ ਰੀਡਿੰਗ ਦੇ ਲਈ। ਰੀਡਿੰਗ ਦੇ ਬਾਰੇ ਇੱਕ ਬਹੁਤ ਮਸ਼ਹੂਰ ਕੋਟ ਹੈ, ਆਲ ਲੀਡਰਸ ਆਰ ਰੀਡਰਸ, ਅਤੇ ਰੀਡਿੰਗ ਤੋਂ ਉੱਥੇ ਦਾ ਮਤਲਬ ਸਵੇਰੇ ਉੱਠ ਕੇ ਨਿਊਜ਼ ਪੇਪਰ ਜਾਂ ਫਿਰ 50 Shades of Grey ਵਰਗੀਆਂ ਬੁੱਕਸ ਪੜ੍ਹਨਾ ਨਹੀਂ ਹੈ, ਸਗੋਂ ਉਹ ਬੁੱਕਸ ਪੜ੍ਹਨਾ ਹੈ ਜੋ ਤੁਹਾਨੂੰ ਡਿਵੈਲਪ ਕਰਨ, ਜਿਵੇਂ ਕਿ ਸੈਲਫ ਹੈਲਪ ਬੁੱਕਸ, ਜਿੱਦਾਂ ਦੀ ਬੁੱਕਸ ਦੀ ਸਮਰੀ ਤੁਹਾਨੂੰ ਇਸ ਚੈਨਲ 'ਤੇ ਮਿਲਦੀ ਹੈ। ਉਹ ਕਿਤਾਬਾਂ ਜੋ ਤੁਹਾਡੀ ਨੌਲੇਜ ਅਤੇ ਸਕਿੱਲਸ ਨੂੰ ਇੰਪਰੂਵ ਕਰਨ। ਬੁੱਕਸ ਰੀਡਿੰਗ ਦੇ ਬੇਸ 'ਤੇ ਹੀ ਸਾਡਾ ਇਹ ਪੂਰਾ ਚੈਨਲ ਬਣਿਆ ਹੈ, ਸੋ ਓਬੀਅਸਲੀ ਬੁੱਕਸ ਪੜ੍ਹਨਾ ਇੱਕ ਪਾਵਰਫੁੱਲ ਹੈਬਿਟ ਹੈ। ਐਂਡ ਲਾਸਟ ਐਸ ਤੋਂ ਆਉਂਦਾ ਹੈ ਸਕ੍ਰਾਈਬਿੰਗ। ਸਕ੍ਰਾਈਬਿੰਗ ਤੋਂ ਉੱਥੇ ਦਾ ਮਤਲਬ ਹੈ ਲਿਖਣਾ। ਲਿਖਣਾ ਆਪਣੇ ਡ੍ਰੀਮਸ ਅਤੇ ਗੋਲਸ ਨੂੰ, ਆਪਣੇ ਆਈਡੀਆਸ ਅਤੇ ਥੋਟਸ ਨੂੰ। ਇੱਕ ਫੇਮਸ ਮੋਟੀਵੇਸ਼ਨਲ ਸਪੀਕਰ ਅਤੇ ਸੈਲਫ ਮੇਡ ਬਿਲੀਨੀਅਰ ਬ੍ਰਾਇਨ ਟ੍ਰੇਸੀ ਦਾ ਕਹਿਣਾ ਹੈ, ਆਲਵੇਜ਼ ਥਿੰਕ ਔਨ ਪੇਪਰ। ਸਾਡੇ ਮਾਈਂਡ ਵਿੱਚ ਡੇਲੀ ਕਈ ਸ਼ਾਨਦਾਰ ਥੋਟਸ ਅਤੇ ਆਈਡੀਆਸ ਆਉਂਦੇ ਹਨ, ਬਟ ਜੇ ਅਸੀਂ ਉਹਨਾਂ ਨੂੰ ਲਿਖਦੇ ਨਹੀਂ ਹਾਂ ਤਾਂ ਕੁਝ ਟਾਈਮ ਬਾਅਦ ਭੁੱਲ ਜਾਂਦੇ ਹਾਂ। ਪੇਪਰ 'ਤੇ ਲਿਖਣ ਨਾਲ ਸਾਡਾ ਮਾਈਂਡ ਵੀ ਫ੍ਰੀ ਹੋ ਜਾਂਦਾ ਹੈ ਅਤੇ ਆਈਡੀਆਜ਼ ਵੀ ਹੋਰ ਜ਼ਿਆਦਾ ਕਲੀਅਰ ਹੋ ਜਾਂਦੇ ਹਨ। ਇਸ ਲਈ ਸਾਨੂੰ ਅੱਜ ਤੋਂ ਹੀ ਲਿਖਣ ਦੀ ਹੈਬਿਟ ਬਣਾ ਲੈਣੀ ਚਾਹੀਦੀ ਹੈ। ਜਿੰਨਾ ਜ਼ਰੂਰੀ ਚੰਗੀਆਂ ਹੈਬਿਟਸ ਨੂੰ ਫੋਲੋ ਕਰਨਾ ਹੈ, ਉਨਾ ਹੀ ਜ਼ਰੂਰੀ ਬੈਡ ਹੈਬਿਟਸ ਨੂੰ ਛੱਡਣਾ ਵੀ ਹੈ। ਸੋ ਆਉਣ ਵਾਲੇ ਕੁਝ ਟਾਈਮ 'ਤੇ ਮੈਂ ਬੈਡ ਹੈਬਿਟਸ ਨੂੰ ਛੱਡਣ 'ਤੇ ਵੀ ਇੱਕ ਵੀਡੀਓ ਜ਼ਰੂਰ ਬਣਾਊਂਗਾ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ। ਜੇ ਤੁਸੀਂ ਇਸ ਬੁੱਕ ਦੀ ਹਾਰਡ ਕਾਪੀ ਖਰੀਦਣਾ ਚਾਹੁੰਦੇ ਹੋ ਜਾਂ ਫ੍ਰੀ ਆਡੀਓ ਬੁੱਕ ਲੈਣਾ ਚਾਹੁੰਦੇ ਹੋ ਤਾਂ ਦੋਨਾਂ ਦੇ ਐਮਾਜ਼ੋਨ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਿੱਤੇ ਹਨ। ਜੇ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਅੱਗੇ ਵਟਸਐਪ 'ਤੇ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਇਹਨਾਂ ਵੀਡੀਓਜ਼ ਨੂੰ ਬਣਾਉਣ 'ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਅਤੇ ਸਾਡੀ ਮਿਹਨਤ ਦੀ ਮਜ਼ਦੂਰੀ ਸਿਰਫ ਅਤੇ ਸਿਰਫ ਤੁਹਾਡੇ ਹੱਥ ਵਿੱਚ ਹੀ ਹੈ ਜਨਾਬ। ਆਪਣੇ ਇਸ $1 billion day ਦਾ ਕੁਝ ਸਮਾਂ ਸਾਡੇ ਨਾਲ ਬਿਤਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਿਸ਼ ਯੂ ਵਧੀਆ ਐਂਡ ਹੈਵ ਏ ਪ੍ਰੋਡਕਟਿਵ ਡੇ।